ਸ਼ਸ਼ੀਗੜੀ ਸਾਰ ਨੂੰ ਇੱਕ ਕਰ ਫੇਰ ਹੈ ਤਾਂ ਟੋਡਲੀ ਇੱਕ ਬਹੁਤ ਹੀ ਵੱਡਾ ਆਪਰੇਟ ਲੈ ਕੇ ਦੋਸਤੋ ਸਮੇਂ ਦਾ ਸਭ ਤੋਂ ਵੱਡਾ ਆਪਰੇਟ ਪੰਜਾਬ ਪੁਲਿਸ ਦੇ ਵੱਲੋਂ ਆ ਚੁੱਕਿਆ ਹੈ ਜਿੰਮੇ ਦੋਸਤੋ ਤੁਹਾਨੂੰ ਪਤਾ ਆ ਕਿ ਪੰਜਾਬ ਪੁਲਿਸ ਵੱਲੋਂ ਲਗਾਤਾਰੀ ਵੱਡੇ ਵੱਡੇ ਆਪਰੇਟ ਖੁੱਲ ਕੇ ਸਾਹਮਣੇ ਆ ਰਹੇ ਹਨ ਅਤੇ ਪੰਜਾਬ ਪੁਲਿਸ ਵਿੱਚ ਲਗਾਤਾਰ ਸਿਪਾਹੀਆਂ ਦੇ ਸਬ ਇੰਸਪੈਕਟਰ ਦੀ ਭਰਤੀ ਦਾ ਕਾਫਲਾ ਚੱਲਦਾ ਹੀ ਜਾ ਰਿਹਾ ਦੋਸਤੋ ਇਸੇ ਤਰ੍ਹਾਂ ਦੋਸਤੋ ਅੱਜ ਵੀ ਦੋਸਤੋ ਇੱਕ ਭਰਤੀ ਖੁੱਲ ਕੇ ਸਾਹਮਣੇ ਹੈ ਦੋਸਤੋ ਇਹ ਭਰਤੀ ਦੋਸਤੋ ਪੰਜਾਬ ਪੁਲਿਸ ਸਿਪਾਹੀ ਭਰਤੀ ਠੀਕ ਹੈ ਜੀ ਇਹ ਇਨ ਟੈਕਨੀਕਲ ਐਂਡ ਸਪੋਰਟ ਸਰਵਿਸ ਕੈਡਰ ਵਿੱਚ ਭਰਤੀ ਖੁੱਲ ਕੇ ਸਾਹਮਣੇ ਆਈ ਆ ਸੋ ਦੋਸਤੋ ਇਸ ਇਸ ਵਿੱਚ ਵੀਡੀਓ ਵਿੱਚ ਅੱਪ ਗੱਲ ਕਰਾਂਗੇ ਇਸ ਭਰਤੀ ਬਾਰੇ ਠੀਕ ਹੈ ਜੀ ਕੌਣ ਕੌਣ ਐਲੀਜੀਬਲ ਆ ਅਤੇ ਕੌਣ ਕੌਣ ਨਹੀਂ ਏਜ ਲਿਮਟ ਕਿੰਨੀ ਰੱਖੀ ਗਈ ਹੈ ਠੀਕ ਹੈ ਜੀ ਕੁਆਲੀਫਿਕੇਸ਼ਨ ਕਿੰਨੀਆਂ ਠੀਕ ਹੈ ਜੀ ਫਿਜ਼ੀਕਲ ਬਾਰੇ ਆਪਾਂ ਸਾਰਾ ਕੁਝ ਤੁਹਾਨੂੰ ਕਲੀਅਰ ਕਰ ਦਾਂਗੇ ਠੀਕ ਹੈ ਜੀ ਜੀ ਵੀਡੀਓ ਐਂਡ ਤੱਕ ਜਰੂਰ ਦੇਖ ਲਿਓ ਠੀਕ ਹੈ ਜੀ ਸੋ ਦੋਸਤੋ ਗੱਲ ਕਰਦੇ ਆਪਾਂ ਭਰਤੀ ਬਾਰੇ ਤੁਹੋ ਦੋਸਤੋ इजीली ਅਪਲਾਈ ਫਾਰਮ ਜੋ ਨੇ ਠੀਕ ਹੈ ਜੀ 9 ਸਤੰਬਰ 9 ਵਜੇ ਤੋਂ ਸ਼ੁਰੂ ਹੋ ਚੁੱਕੇ ਹਨ ਅਤੇ ਲਾਸਟ ਡੇਟ ਦੋਸਤੋ 29 ਸਤੰਬਰ ਰੱਖੀ ਗਈ ਹੈ ਠੀਕ ਹੈ ਜੀ ਅੱਗੇ ਉਸ ਤੋਂ ਆਪਾਂ ਗੱਲ ਕਰਦੇ ਹਾਂ ਪੋਸਟਾਂ ਬਾਰੇ ਸੋ ਦੋਸਤੋ ਅੱਗੇ ਉਸ ਤੋਂ ਪੋਸਟਾਂ ਬਾਰੇ ਇਹਨਾਂ ਨੇ ਆਪ ਨੂੰ ਜੋ ਜਾਣਕਾਰੀ ਦੇ ਦਿੱਤੀ ਹੋਈ ਆ ਠੀਕ ਹੈ ਜੀ ਦੋਸਤੋ ਕੈਟਾਗਰੀ ਬਾਕੀ ਸਤਨ ਨੇ ਆਪਣੇ ਵੰਡ ਕੀਤੀ ਹੋਏ ਪੋਸਟਾਂ ਨੇ ਜਿਵੇਂ ਜਨਰਲ ਕੈਟਾਗਰੀ ਕਿ 688 ਪੋਸਟਾਂ ਠੀਕ ਹੈ ਜੀ ਊਮਨ ਵਾਸਤੇ ਰਿਜ਼ਰਵ ਰੱਖੀ ਗਏ ਨੇ ਪੋਸਟਾਂ ਨੇ ਜਿਵੇਂ ਵੱਖਰੇ ਤੌਰ ਤੇ ਮਤਲਬ ਵਿੱਚ ਚੁੜੀ ਕਿ ਇਹਦੇ 272 ਪੋਸਟਾਂ ਨੇ ਵਿੱਚ ਰਿਜ਼ਰਵ ਰੱਖੀ ਗਏ ਨੇ ਪੋਸਟਾਂ ਠੀਕ ਹੈ 688 ਦੇ ਵਿੱਚੋਂ ਠੀਕ ਹੈ ਜੀ ਪੋਸਟਾਂ ਜੋ ਊਮਨ ਵਾਸਤੇ 272 ਰਿਜ਼ਰਵ ਰੱਖੀ ਗਏ ਨੇ ਠੀਕ ਹੈ ਜੀ ਇਸ ਸਾਰਾ ਤੁਸੀਂ ਆਪਣਾ ਜੋ ਆਪਣਾ ਅੰਦਾਜ਼ਾ ਤੁਸੀਂ ਆਪਣਾ ਜੋ ਹਿਸਾਬ ਤੁਸੀਂ ਲਗਾ ਸਕਦੇ ਹੋ ਠੀਕ ਹੈ ਜੀ ਅੱਗੇ ਦੋਸਤੋ ਆਪਾਂ ਗੱਲ ਕਰ ਦਾਂਗੇ ਅੱਗੇ ਦੋਸਤੋ ਇਹਨਾਂ ਨੇ ਆਪ ਨੂੰ ਦੱਸਿਆ ਹੋਇਆ ਕਿ ਕਿੰਨੇ ਜਿੰਨੇ ਕਿ ਕਿਹੜੀ ਚੋਜ਼ ਜੀ ਹਮੇ ਸਿਲੈਕਟ ਕੀਤੇ ਜਾਣਗੇ ਠੀਕ ਹੈ ਜੀ ਜਿਵੇਂ ਕਿ 25 ਜੀ ਸਾਈਬਰ ਸਕਿਉਰਟੀ ਚੋਂ ਠੀਕ ਹੈ ਜੀ ਜੀਓਗ੍ਰਾਫਿਕਲ ਠੀਕ ਹੈ ਜੀ ਇਨਫੋਰਮੇਸ਼ਨ ਸਿਸਟਮ ਜੀਆਈਸੀ ਨੂੰ ਆਪਾਂ ਕਹਿੰਦੇ ਨੇ ਜੀਆਈਐਸ ਠੀਕ ਹੈ ਜੀ ਇਹ ਜੋ 10 ਠੀਕ ਹੈ ਜੀ ਇਦਾਂ ਕਰਕੇ ਇਹਨਾਂ ਨੇ ਸਾਰੇ ਦੱਸੇ ਹੋਏ ਨੇ ਆਪਾਂ ਨੂੰ ਜੀ ਤੇ ਅੰਤ ਨਹੀਂ ਪਾਸਾ ਤੋਂ ਨਿਕਲ ਜੀ ਠੀਕ ਹੈ ਜੀ ਅੱਗੇ ਦੋਸਤੋ ਇਹਨਾਂ ਨੇ ਇਹੀ ਦਿੱਤਾ ਹੋਇਆ ਹੈਗਾ ਠੀਕ ਹੈ ਜੀ ਅੱਗੇ ਦੋਸਤੋ ਆਪਾਂ ਗੱਲ ਕਰ ਦਿਆਂਗੇ ਏਜ ਲਿਮਟ ਦੀ ਠੀਕ ਹੈ ਜੀ ਬੰ ਸੋ ਦੋਸਤੋ ਅੱਗੇ ਆਪਾਂ ਗੱਲ ਕਰਦੇ ਆ ਇਸ ਬਾਰੇ ਠੀਕ ਹੈ ਜੀ 18 ਤੋਂ ਲੈ ਕੇ 28 ਸਾਲ ਤੱਕ ਦੋਸਤੋ ਕੋਈ ਵੀ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦਾ ਠੀਕ ਹੈ ਜੀ ਅੱਗੇ ਦੋਸਤੋ ਜੋ ਆਪਣਾ ਭਾਰ ਦੇਖੀਏ ਜੀ ਆਪਾਂ ਨਾ ਦੇਖ ਹੋਣੇ ਜੁੜੀਆਂ ਨੇ ਕਿ ਜੇ ਆਪਾਂ ਸਿਟੀਜ਼ਨ ਹੋਣੇ ਭਾਰ ਦੇ ਜੁੜੀਆਂ ਅੱਗੇ ਦੋਸਤੋ ਗੱਲ ਕਰਦੇ ਆ ਮੈਂ ਫਿਜ਼ੀਕਲ ਸਟੈਂਡਰਡਸ ਬਾਰੇ ਠੀਕ ਹੈ ਜੀ ਅੱਗੇ ਦੋਸਤੋ ਮੇਲ ਵਾਸਤੇ ਦੋਸਤੋ ਇਹਨਾਂ ਨੇ ਹਾਈਟ ਰੱਖੀ ਹੋਈ ਹੈ 5 ਫੁੱਟ 4 ਇੰਚ ਠੀਕ ਹੈ ਜੀ ਜਾਣ ਕੇ 162.56 ਸੈਂਟੀਮੀਟਰ ਹਾਈਟ ਰੱਖੀ ਹੋਈ ਹੈ ਮੇਲ ਵਾਸਤੇ ਅੱਗੇ ਦੋਸਤੋ ਫੀਮੇਲ ਵ ਕਦੀ 5 ਫੁੱਟ ਆਪਣੀ ਜੋ ਫੀਮੇਲ ਬਸ ਤੇ ਹਾਈਟ ਰੱਖੀ ਗਈ ਹੈ 152.4 ਸੈਂਟੀਮੀਟਰ ਦੀ ਹਾਈਟ ਰੱਖੀ ਗਈ ਹੈ ਅਗੇ ਜਦੋਂ ਸੋਣ ਨੇ ਦੱਸਿਆ ਨੇ ਆਪਣ ਨੂੰ ਐਜੂਕੇਸ਼ਨ ਕੁਆਲਿਫਿਕੇਸ਼ਨਸ ਠੀਕ ਹੈ ਜੀ तुम ये ध्यान अपना पढ़ सद जिन्हें भी जी अपई करना ठीक है जी सइबर सिक्योरिटी वास्ते ठीक है जी जियोग्राफिकल इन्फॉर्मेसन सिस्टम जी आई एस ठीक है जी डाटा माइनिंग नैटवर्क मैनेजमेंट डाटा एनैलिट्स इन वास्तव हर इन्ह ने दीती हुई अपन के अपन पढ़ाई होनी जरूरी है ठीक है जिम्मे कि कंप्यूटर साइंस और इलैक्ट्रॉनिक्स और इंस्टीट्यूमेंट ठीक है जी इस अपनी डिग्री जो की होनी ये वास्ते जरूरी है ठीक है जी इस दोस्तों आई टी वे जो विद्यार्थी ने ठीक है जी मौका छोड़ो ठीक है जिन्होंने डिग्री की की पढ़ाई जरूर करो ਅੱਗੇ ਦੋਸਤੋ ਆਪਾਂ ਗੱਲ ਕਰਾਂਗੇ ਇਹਦੀ ਇਨਸਟਰਕਸ਼ਨ ਬਾਰੇ ਠੀਕ ਹੈ ਜੀ ਤੁਸੀਂ ਚੰਗੀ ਤਰ੍ਹਾਂ ਜਿਹੜੀ ਪੜ੍ਹ ਲੈਂਦੇ ਨੇ ਇਹ ਠੀਕ ਹੈ ਜੀ ਅੱਗੇ ਦੋਸਤੋ ਇਹਨਾਂ ਨੇ ਆਪਣੀ ਅਪਲਾਈਂਗ ਇਨ სპੋਰਟਸ ਪਰਸਨ ਕੈਟਾਗਰੀ ਠੀਕ ਹੈ ਜੀ სპੋਰਟਸ ਪਰਸਨ ਵਾਸਤੇ ਉਹਨਾਂ ਨੇ ਦੱਸਿਆ ਲਿਖਿਆ ਇੱਥੇ ਠੀਕ ਹੈ ਜੀ ਜਿਵੇਂ ਕਿ ਆ ਆਪਣੇ ਦਿੱਤੇ ਮੈਂਟਰੀ ਕਿ ਕਿਹੜਾ ਸਾਰੀਆਂ ਠੀਕ ਹੈ ਜੀ ਐਥਲੀਟ ਐਥਲੀਟ ਐਥਲੈਟਿਕਾ ਠੀਕ ਹੈ ਜੀ ਬਾਸਕਟਬਾਲ ਬਾਡੀ ਬਿਲਡਿੰਗ ਬਾਕਸਿੰਗ ਫੁੱਟਬਾਲ ਜਿਮਨਾਸਟਿਕ ਹੈਂਡਵਾਲ ਠੀਕ ਹੈ ਜੀ ਸਾਰੇ ਇਹਨਾਂ ਨੇ ਖੇਡੇ ਤੇ ਵੀ ਆਪ ਨੂੰ ਇਹ ਸਾਰਾ ਕੁਝ ਦੋਸਤੋ ਆਪ ਨੂੰ ਦਿੱਤਾ ਹੋਇਆ ਹੈਗਾ ਅੱਗੇ ਦੋਸਤੋ ਨੇ ਆਪ ਨੂੰ ਦੱਸਿਆ ਪਿਆ ਕਿ ਆਪਣੇ ਇਹਦੇ ਦੋ ਟੈਸਟ ਹੋਣਗੇ ਠੀਕ ਹੈ ਜੀ ਸੀਬੀਟੀ ਹੋਣਗੇ ਠੀਕ ਹੈ ਜੀ ਆਪਣੇ ਕੰਪਿਊਟਰ ਤੇ ਆਪਣੇ ਟੈਸਟ ਜੋ ਹੋਣਗੇ ਠੀਕ ਹੈ ਜੀ ਇਹਨਾਂ ਨੇ ਦੋਸਤੋ ਅੱਗੇ ਆਪ ਨੂੰ ਅਗਜ਼ਾਮੇ ਦੇ ਸਕੀਮ ਦੱਸੀ ਵੀ ਠੀਕ ਹੈ ਜੀ ਪਹਿਲਾ ਆਪਣਾ ਜੋ ਐਗਜ਼ਾਮ ਹੋਏਗਾ ਸੀਵੀਟੀ ਠੀਕ ਹੈ ਜੀ ਉਹ 100 ਨੰਬਰ ਦਾ ਹੋਏਗਾ ਠੀਕ ਹੈ ਜੀ ਨੇਚਰ ਆਫ ਟੈਸਟ ਮੈਰਿਟ ਠੀਕ ਹੈ ਜੀ ਮੈਰਿਟ ਦੇ ਹਿਸਾਬ ਨਾਲ ਆਪ ਨੂੰ ਸਿਲੈਕਟ ਕੀਤਾ ਜਾਊਗਾ ਠੀਕ ਹੈ ਜੀ ਇਹਨਾਂ ਨੇ ਟੈਸਟ ਬਾਰੇ ਥੋੜੀ ਬੋਟੀ ਜਾਣਕਾਰੀ ਥੇ ਦਿੱਤੀ ਹੋਈ ਆ ਕਿ ਕਿੰਨੇ ਨੰਬਰ ਵਾਲਾ 30 ਨੰਬਰ ਠੀਕ ਹੈ ਜੀ ਪਾਸ ਤੇ ਵਿੱਚ ਮੰਨਿਆ ਜਾਊਗਾ ਕਿ 30% ਆਪਾਂ ਮਤਲਬ ਵਿੱਚ ਵਿਸ਼ੇ ਚ ਲੈਣੇ ਹੋਣਗੇ ਦੇਖੋ ਜਿਵੇਂ ਕਿ 30 ਆਪਾਂ ਇੰਗਲਿਸ਼ ਵਿੱਚ ਲੈਣੇ ਹੋਣਗੇ ਠੀਕ ਹੈ ਜੀ ਮਤਲਬ ਮਾਰਕਟ ਵਿੱਚ 20 ਮਾਰਕਟ ਨੇ ਦੱਸਿਆ ਵੀ ਕਿ ਇਨਫੋਰਮੈ ਇਹਨੇ ਦੱਸੇ ਮੈਨੂੰ ਜਾਣਕਾਰੀ ਦਿੱਤੀ ਪਈ ਹੈ ਠੀਕ ਹੈ ਤੁਸੀਂ ਧਿਆਨ ਨਾਲ ਤੁਸੀਂ ਪੜ੍ਹਨਾ ਪੜ੍ਹ ਲੈਣੇ ਨੇ ਠੀਕ ਹੈ ਜੀ ਇਹ ਅੱਗੇ ਦੋਸਤੋ ਅਗਰ ਇਹਨਾਂ ਦੱਸਵਾ ਨਾਰਮਲਾਈਜੇਸ਼ਨ ਆਫ ਮਾਰਕਸ ਠੀਕ ਹੈ ਜੀ ਇਹਨਾਂ ਨੇ ਨਾਰਮਲਾਈਜੇਸ਼ਨ ਦੀ ਦੱਸੇ ਤੇ ਫਾਰਮੂਲਾ ਲਾਗੂ ਕੀਤਾ ਹੈਗਾ ਠੀਕ ਹੈ ਜੀ ਇਗਜ਼ਾਮ ਵਿੱਚ ਦੋਸਤੋ ਨਾਰਮਲਾਈਜੇਸ਼ਨ ਹੋਈ ਹੋਏਗੀ ਠੀਕ ਹੈ ਜੀ ਪੱਕਾ ਹੈ ਤਾਂ ਇਹਨਾਂ ਨੇ ਲਿਖਤਾ ਠੀਕ ਹੈ ਜੀ ਅੱਗੇ ਦੋਸਤੋ ਆਪਾਂ ਗੱਲ ਕਰਦੇ ਹਾਂ ਮਿਨੀਮਮ ਕੱਟ ਆਫ ਮਾਰਕਸ ਠੀਕ ਹੈ ਜੀ ਇਹਨਾਂ ਨੇ ਕੱਟ ਆਫ ਮਾਰਕਸ ਦੱਸੇ ਵਨ ਕਿ 10% ਠੀਕ ਹੈ ਜੀ ਫਾਰ ਦ ਕੈਂਡੀਡੇਟਸ ਐਸ ਸੀ ਬੀ ਸੀ एक्स सर्विस मैन वास्तव तो तो दस प्रसेंट जो कट्टी ठीक है जी और देख सकते तो रखी भी इन्होंने ठीक है जी अगे दोस्तों फेज टू ठीक है जी फिजिकल मजरमेंट टेस्ट इन्हें दसा पेगा ठीक है जी तो ये वेख सकते हो ठीक है जी अगे दोस्तों ने हाइट दसी भी है पं फुट फोर इंच ठीक है जी फाइव पॉइंट फोर इंच हाइट मेल वास्ती ठीक है जी एंड फुट फीमेल वास्ते रखी गई है ਅਗੇ ਦੋਸਤੋ ਫਿਜ਼ੀਕਲ ਸਕਰੀਨਿੰਗ ਦਾ ਦੋਸਤੋ 1200 ਮੀਟਰ ਦੀ ਰੇਸ ਹੋਏਗੀ 9 ਮਿੰਟ ਵਿੱਚ ਕਲੀਅਰ ਕਰਨੀ ਹੋਏਗੀ ਠੀਕ ਹੈ ਜੀ ਐਕਸੈਪਟ ਐਕਸੈਪਟ ਐਕਸ ਸਰਵਿਸਰ ਵੀ ਨੇ ਠੀਕ ਹੈ ਜੀ ਐਕਸ ਸਰਵਿਸ ਵਾਲਿਆਂ ਨੂੰ ਛੱਡ ਕੇ ਜੋ ਬਾਕੀ ਦੇ ਮੇਲ ਕੈਂਡੀਡੇਟਸ ਨੇ ਉਹਨਾਂ ਵਾਸਤੇ ਦੋਸਤੋ ਰੇਸ ਹੋਏਗੀ 1200 ਮੀਟਰ ਉਹਨਾਂ ਨੇ 9 ਮਿੰਟ ਵਿੱਚ ਕਲੀਅਰ ਕਰਨੀ ਹੋਏਗੀ ਅੱਗੇ ਦੋਸਤੋ ਲੌਂਗ ਜੰਪ ਹੋਏਗਾ 2 ਮੀਟਰ ਦਾ ਤਿੰਨ ਮੌਕੇ ਮਿਲਣਗੇ ਹਾਈ ਜੰਪ ਹੋਏਗਾ 0.70 ਮੀਟਰ ਦਾ ਤਿੰਨ ਮੌਕੇ ਮਿਲਣਗੇ ਠੀਕ ਹੈ ਜੀ ਫਾਰ ਮੇਲ ਕੈਂਡੀਡੇਟਸ ਐਕਸ ਸਰਵਿਸਮੈਨ ਵਾਸਤੇ ਦੋਸ ਜੋ 1400 ਮੀਟਰ ਵਾਕ ਹੋਏਗੀ ਐਂਡ ਰਨ ਟੂ ਬੀ ਕੰਪਲੀਟਡ ਇਨ 12 ਮਿੰਟ ਜੇ ਅਪਨੂੰ ਕਲੀਅਰ ਕਰਨੀ ਪਾਈ ਠੀਕ ਹੈ ਜੀ 8 ਫੁੱਲ ਸਕਾਉਟਸ ਮਾਰਨੀਆਂ ਹੋਣਗੀਆਂ ਠੀਕ ਹੈ ਜੀ ਫਾਰ ਕੈਂਡੀਡੇਟਸ ਆਫ এজ ਮੋਰ ਦਨ ਠੀਕ ਹੈ ਜੀ 35 ਸਾਲ ਤੋਂ ਉੱਪਰ ਉਪਨ ਠੀਕ ਹੈ ਜੀ ਇਹਨਾਂ ਦੇ ਜਿਹੜੇ ਨੇ ਉਹਨਾਂ ਵਾਸਤੇ ਦੋਸਤੋ 1400 ਮੀਟਰ ਦੀ ਵਾਕ ਐਂਡ ਰਨ ਟੂ ਬੀ ਕੰਪਲੀਟ 15 ਮਿੰਟ ਚ ਉਹਨਾਂ ਨੇ ਕਲੀਅਰ ਠੀਕ ਹੈ ਜੀ ਕੰਪਲੀਟ ਕਰਦੀ ਹੋਏਗੀ ਜੋ ਠੀਕ ਹੈ ਜੀ 5 ਫੁੱਲ ਸਕਾਉਟਸ ਮਾਰਨੀਆਂ ਹੋਣਗੀਆਂ ਠੀਕ ਹੈ ਜੀ ਫਾਰ ਫੀਮੇਲ ਕੈਂਡੀਡੇਟਸ ਐਕਸੈਪਟ ਐ 800 ਮੀਟਰ ਦੀ ਰੇਸ ਹੋਏਗੀ ਦੋਸਤੋ ਸੇਮ ਟਾਈਮ ਵਿੱਚ ਕਲੀਅਰ ਕਰਨੀ ਹੋਏਗੀ ਲੌਂ ਜਾਂ ਬਈ ਦੋਸਤੋ 1.5 ਮੀਟਰ ਦਾ ਹੋਏਗਾ ਤਿੰਨ ਮੌਕੇ ਮਿਲਣਗੇ ਹਾਈ ਜੰਪ 0.50 ਮੀਟਰ ਦਾ ਹੋਏਗਾ ਤਿੰਨ ਮੌਕੇ ਮਿਲਣਗੇ ਫਾਰ ਫੀਮੇਲ ਕੈਂਡੀਡੇਟਸ ਐਕਸ ਸਰਵਿਸਮੈਨ ਠੀਕ ਹੈ ਜੀ ਐਕਸ ਸਰਵਿਸਮੈਨ ਆਪਣੇ ਮੂਵਮੈਂਟ ਠੀਕ ਹੈ ਜੀ ਫੌਜ ਰਣਗੀਆਂ ਠੀਕ ਹੈ ਜੀ ਉਹਨਾਂ ਵਾਸਤੇ ਦੋਸਤੋ 700 ਮੀਟਰ ਦੀ ਵਾਕ ਹੋਏਗੀ ਐਂਡ ਰੈਨੋ ਹੋਏਗੀ ਠੀਕ ਹੈ ਜੀ ਰੇਸ ਹੋਏਗੀ ਠੀਕ ਹੈ ਜੀ ਉਹਨਾਂ ਨੇ ਕੰਪਲੀਟ ਕਰਨੀ ਹੋਏਗੀ ਕਿ 7 ਮਿੰਟ ਵਿੱਚ ਕੇਵਲ ਇੱਕ ਮੌਕਾ ਦਿੱਤਾ ਜਾਊਗਾ ਪੰਜ ਫੁੱਲ ਸਕਾਉਟ ਇਜ਼ ਮੋਰ ਥੈਨ 35 ਸਾਲ ਤੋਂ ਉੱਪਰ ਦੀ ਏਜ ਵਾਲੇ ਲਿਖਿਆ 700 ਮੀਟਰ ਦੀ ਵਾਕ ਐਂਡ ਰਨ ਹੋਏਗੀ ਕਿ ਜੀ ਉਹਨਾਂ ਨੇ 9 ਮਿੰਟ ਵਿੱਚ ਕਲੀਅਰ ਕਰਨੀ ਹੋਏਗੀ ਇੱਕ ਮੌਕਾ ਮਿਲੇਗਾ ਠੀਕ ਹੈ ਜੀ ਤਿੰਨ ਦੋਸਤੋ ਫੁੱਲ ਸਕਾਉਟਸ ਉਹਨਾਂ ਨੇ ਜੋ ਮਾਰਨੀਆਂ ਹੋਣੀਆਂ ਠੀਕ ਹੈ ਜੀ ਇਹਨਾਂ ਦੇ ਦੱਸਿਆ ਦੇ ਫਿਜ਼ੀਕਲ ਟੈਸਟ ਬਾਰੇ ਜੀ ਐਂਡ ਫਿਜ਼ੀਕਲ ਫਿਜ਼ੀਕਲ ਮੈਜ਼ਰਮੈਂਟ ਟੈਸਟ ਬਾਰੇ ਸੋ ਦੋਸਤੋ ਆਹੀ ਜੀ ਆਪਣੀ ਵੀਡੀਓ ਤੁਸੀਂ ਜਾ ਕੇ ਜਰੂਰ ਅਪਲਾਈ ਕਰਨਾ ਠੀਕ ਹੈ ਜੀ ਇਸ ਵਾਸਤੇ ਅਬ ਦੇ ਨੱਟ ਕਿਹ ਹੋ ਜਾਏ ਕਿ ਤੁਸੀਂ ਪਾਲੇ ਜਰੂਰ ਕਰਨਾ ਠੀਕ ਹੈ ਜੀ ਇੱਕ ਹੋਰ ਗੱਲ ਦੋਸਤੋ ਪੰਜਾਬ ਪੁਲਿਸ 서 ਉਦੀ ਬਾਸੇ ਦੋਸਤੋ ਵੀਡੀਓ ਕੱਲ ਨੂੰ ਹੋਊਗੀ ਠੀਕ ਹੈ ਜੀ ਸੋ ਦੋਸਤੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਠੀਕ ਹੈ ਜੀ